ਅੱਜ ਹਰਿਆਣਾ ਦੇ JBT ਅਧਿਆਪਕਾਂ ਦੇ ਲਈ ਖੁਸ਼ਖਬਰੀ ਹੈ। ਅੱਜ ਤੋਂ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਤੇ ਇੱਕ ਹਫ਼ਤੇ ਦੇ ਵਿੱਚ ਸਭ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ। ਇਹ ਜਾਣਕਾਰੀ ਹਰਿਆਣਾ ਦੇ ਸਿੱਖਿਆ ਮੰਤਰੀ ਨੇ ਦਿੱਤੀ ਹੈ। ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਵਿਲਾਸ ਸ਼ਰਮਾ ਨੇ ਸੋਮਵਾਰ ਨੂੰ ਪੰਚਕੂਲਾ ਦੇ ਵਿੱਚ ਦੱਸਿਆ ਕਿ 25 ਅਪ੍ਰੈਲ ਯਾਨੀ ਅੱਜ ਤੋਂ ਚੁਣੇ ਗਏ JBT ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਏਗੀ ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰਿਆਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਕ ਕੇਵਲ 54 ਅਸਾਮੀਆਂ ਖਾਲੀ ਛੱਡੀਆਂ ਜਾਣਗੀਆਂ। 2012 JBT ਕੀ ਸਿਲੈਕਸ਼ਨ ਹੋਈ ਥੀ ਉਨ ਲੋਗੋਂ ਕੋ ਛੋੜ ਕਰਕੇ ਜਿਨਕੇ FSL ਜੋ ਰਿਕਾਰਡ ਹੈ ਵੋ ਸਹੀ ਨਹੀਂ ਪਾਏ ਗਏ। ਵਿਦਇਨ ਦਿਸ ਵੀਕ ਵੀ ਵਿਲ ਗਿਵ ਅਪੁਆਇੰਟਮੈਂਟ ਟੂ ਆਲ ਦ ਸਿਲੈਕਟਡ ਕੈਂਡੀਡੇਟਸ। ਇਹ ਜੋ ਹਾਈ ਕੋਰਟ ਨੇ ਆਦੇਸ਼ ਦਿਆ ਹੈ ਜੋ ਇਸਮੇ ਪਟੀਸ਼ਨਰ ਹੈ ਉਨਕੇ ਲੀਏ 54 ਆਦਮੀ ਕੀ ਜਗ੍ਹਾ ਰੱਖਣਾ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਜੋ ਸੁਧਾਰ ਕੀਤਾ ਹੈ ਉਹ ਪਿਛਲੇ 10 ਵਰ੍ਹਿਆਂ ਦੇ ਵਿੱਚ ਨਹੀਂ ਹੋਇਆ, ਚਾਹੇ ਅਧਿਆਪਕਾਂ ਦੀ ਪ੍ਰਮੋਸ਼ਨ ਦੀ ਗੱਲ ਹੋਵੇ ਜਾਂ ਫਿਰ ACP ਦੀ। ਦਸ ਸਾਲ ਮੇਂ ਪਹਿਲੀ ਵਾਰ ਅਧਿਆਪਕ ਭਾਈ ਬਹਿਨੋਂ ਕੋ 6000 ਬੜੀ ਸੰਖਿਆ ਮੇਂ ACP ਦਿਆ, 1177 TGT ਅਧਿਆਪਕੋਂ ਕੋ ਹਮਨੇ PGT ਕੇ ਨਾਤੇ ਪ੍ਰਮੋਟ ਕੀਆ, 700 ਅਧਿਆਪਕ ਭਾਈ ਬਹਿਨੋਂ ਕੋ ਹਮਨੇ ਪ੍ਰਿੰਸੀਪਲ ਕੇ ਨਾਤੇ ਪ੍ਰਮੋਟ ਕੀਆ ਹੈ। ਨੇਮ 134A ਨੂੰ ਲੈ ਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਜੋ ਵੀ ਨਿੱਜੀ ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਦਾ ਪਾਲਣ ਨਹੀਂ ਕਰਨਗੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਹਰਿਆਣਾ ਕੇ ਚਾਰ ਦੁਆਰੀ ਮੇਂ ਜੋ ਲੋਕ ਸਿੱਖਿਆ ਵਿਭਾਗ ਕੇ ਨਿਰਦੇਸ਼ੋਂ ਕਾ ਪਾਲਣ ਨਹੀਂ ਕਰਨਗੇ ਉਨਕੀ ਹਮ ਮਾਨਤਾ ਵੀ ਰੱਦ ਕਰ ਸਕਦੇ। ਇਹ ਜਾਣਕਾਰੀ ਸਿੱਖਿਆ ਮੰਤਰੀ ਨੇ ਪੰਚਕੂਲਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ। ਇਸ ਦੌਰਾਨ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬੇ ਵਿੱਚ ਕੋਈ ਵੀ ਬੱਚਾ ਬਿਨਾਂ ਅਧਿਆਪਕਾਂ ਦੇ ਨਹੀਂ ਰਹੇਗਾ। ਕੁਲਬੀਰ ਦੀਵਾਨ, ਜ਼ੀ ਮੀਡੀਆ, ਪੰਚਕੂਲਾ।